ਮਨਪ੍ਰੀਤ ਜੀ, ਫਿਰ ਪਾਰਲੀਮੈਂਟ ਦੇ ਵਿੱਚ ਕੌਨਫੀਡੈਂਸ ਮੋਸ਼ਨ ਦੇ ਉੱਤੇ ਵੋਟਿੰਗ ਹੋਈ ਅਤੇ ਐਜ਼ ਐਕਸਪੈਕਟਿਡ ਵੋਇਸ ਵੋਟ ਦੇ ਨਾਲ ਹੀ ਮਤਾ ਡਿਫੀਟ ਹੋ ਗਿਆ ਅਤੇ ਪ੍ਰਧਾਨ ਮੰਤਰੀ ਵੀ ਆਖਿਰਕਾਰ ਪਾਰਲੀਮੈਂਟ ਵਿੱਚ ਆ ਹੀ ਗਏ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਔਰ ਆਪਾਂ ਨੂੰ ਪਹਿਲਾਂ ਹੀ ਪਤਾ ਸੀ, ਜਿਸ ਤਰ੍ਹਾਂ ਤੁਸੀਂ ਵੀ ਇਸ ਦਾ ਜ਼ਿਕਰ ਕੀਤਾ ਵਾਸੂ ਜੀ, ਇਹ ਮਤਾ ਤਾਂ ਡਿੱਗਣਾ ਹੀ ਸੀ, ਪਰ ਇਸ ਮਤੇ ਦਾ ਮਕਸਦ ਕੇਵਲ ਇੰਨਾ ਸੀ ਕਿ ਪ੍ਰਧਾਨ ਮੰਤਰੀ ਨੂੰ ਸਦਨ ਦੇ ਵਿੱਚ ਲਿਆਂਦਾ ਜਾਵੇ, ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਮਨੀਪੁਰ ਤੋਂ ਬੋਲਣ, ਕੇਵਲ ਤੇ ਕੇਵਲ ਇੰਨਾ ਹੀ ਮਕਸਦ ਸੀ। ਵਿਰੋਧੀ ਧਿਰਾਂ ਨੂੰ ਵੀ ਪਤਾ ਸੀ ਕਿ ਇਹ ਮਤਾ ਤਾਂ ਡਿਫੀਟ ਹੋਊਗਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਵੋਇਸ ਵੋਟ ਦੇ ਨਾਲ ਇਹ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਸੀ, ਬੇਭਰੋਸਗੀ ਦਾ ਮਤਾ, ਉਹ ਤਾਂ ਡਿਫੀਟ ਹੋ ਗਿਆ, ਪਰ ਕਿਤੇ ਨਾ ਕਿਤੇ ਇਹ ਮੌਕਾ ਸੀ ਭਾਰਤ ਸਰਕਾਰ ਨੂੰ ਜਾਂ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਦਾ, ਉਹ ਨਹੀਂ ਉਹ ਜਿੱਤ ਪਾਏ। ਹੁਣ ਤੁਸੀਂ ਦੇਖੋ, ਕੱਲ ਪ੍ਰਧਾਨ ਮੰਤਰੀ ਲਗਭਗ 2 ਘੰਟੇ ਤੇ 20 ਮਿੰਟ ਬੋਲੇ ਨੇ, 5 ਵਜੇ ਉਹਨਾਂ ਨੇ ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ ਆਪਣਾ ਭਾਸ਼ਣ ਸ਼ੁਰੂ ਕੀਤਾ। 1 ਘੰਟਾ ਤੇ 42 ਮਿੰਟ ਤੱਕ ਉਹਨਾਂ ਨੇ ਮਨੀਪੁਰ ਦਾ ਕੋਈ ਜ਼ਿਕਰ ਨਹੀਂ ਕੀਤਾ। ਹਿਸਟਰੀ ਗਣਾਉਂਦੇ ਰਹੇ, ਭਾਰਤ ਦੀ ਹਿਸਟਰੀ ਕੀ ਆ, ਇਤਿਹਾਸ ਕੀ ਆ, ਕਾਂਗਰਸ ਨੇ ਕੀ ਕੀਤਾ, ਜਵਾਹਰ ਲਾਲ ਨਹਿਰੂ ਨੇ ਕੀ ਕੀਤਾ, ਕਿਸ ਤਰ੍ਹਾਂ ਫੋਟੋਆਂ ਨਹੀਂ ਲਾਈਆਂ ਸੁਭਾਸ਼ ਚੰਦਰ ਬੋਸ ਦੀਆਂ ਨਾਰਥ ਈਸਟ ਦੇ ਵਿੱਚ ਦਫ਼ਤਰਾਂ ਦੇ ਵਿੱਚ, ਪਰ ਉਹਨਾਂ ਨੂੰ ਜੋ ਹੁਣ ਹੋ ਰਿਹਾ ਉਹਨਾਂ ਬਾਰੇ ਕਿਸੇ ਤਰ੍ਹਾਂ ਦਾ ਕੋਈ ਦਰਦ ਨਹੀਂ ਆਇਆ ਕਿ ਹੁਣ ਜਿਹੜੇ ਲੋਕੀ ਮਰ ਰਹੇ ਨੇ, ਫੋਟੋਆਂ ਤਾਂ ਉਦੋਂ ਨਹੀਂ ਲਾਈਆਂ, ਤੇ ਇਸੇ ਕਰਕੇ ਲੋਕਾਂ ਨੇ, ਚਾਹੇ ਕਾਂਗਰਸ ਦੀ ਸਰਕਾਰ ਸੀ ਜਾਂ ਹੋਰ ਸਰਕਾਰ ਸੀ, ਸੁਣੀ ਨਹੀਂ ਆ। ਪਰ ਜਿਹੜੀ ਤੁਹਾਡੀ ਹੁਣ ਦੀ ਜ਼ਿੰਮੇਵਾਰੀ ਆ, ਤੁਸੀਂ ਉਸ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੇ ਹੋ? ਸ਼ੇਰ ਸੁਣਾਏ, ਲਤੀਫੇ ਸੁਣਾਏ, ਚੁਟਕਲੇ ਸੁਣਾਏ, ਸਾਰਾ ਕੁਝ ਕੀਤਾ, ਤੇ ਵਿਰੋਧੀ ਪਾਰਟੀਆਂ ਦੇ ਖਿਲਾਫ ਜੰਮ ਕੇ ਵਰੇ ਵੀ, ਪਰਿਵਾਰਵਾਦ ਦੀ ਵੀ ਗੱਲ ਕੀਤੀ, ਪਰ ਮਨੀਪੁਰ ਆਇਆ ਜਦੋਂ 1 ਘੰਟਾ 42 ਮਿੰਟ ਹੋ ਗਏ। ਉਸੇ ਦੌਰਾਨ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਸੀ, ਉਹਨਾਂ ਨੇ ਵਾਕਆਊਟ ਸ਼ੁਰੂ ਕੀਤਾ, ਕਿਉਂਕਿ ਉਹ ਲਗਾਤਾਰ ਨਾਅਰੇ ਲਾ ਰਹੇ ਸੀ ਔਰ ਕਹਿ ਰਹੇ ਸੀ ਕਿ ਤੁਸੀਂ ਪਹਿਲਾਂ ਮਨੀਪੁਰ ਦੀ ਗੱਲ ਕਰੋ, ਜਿਸ ਤੇ ਅਸੀਂ ਸਾਰਾ ਸਦਨ ਪਿਛਲੇ ਕਿੰਨੇ ਸਮੇਂ ਤੋਂ ਖੜਾ। ਤੇ ਆਖਿਰਕਾਰ ਫਿਰ ਪ੍ਰਧਾਨ ਮੰਤਰੀ ਮਨੀਪੁਰ ਤੇ ਉਹੀ ਰਟੀਆਂ ਰਟਾਈਆਂ ਗੱਲਾਂ ਕਿ ਅਸੀਂ ਦੇਖੋ ਜੀ, ਮਨੀਪੁਰ ਭਾਰਤ ਸਰਕਾਰ ਵੀ ਤੇ ਸੂਬਾ ਸਰਕਾਰ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਨੋਰਮੈਲਸੀ ਲੈ ਕੇ ਆਈਏ, ਯਾਨੀ ਕਿ ਉੱਥੋਂ ਦੇ ਹਾਲਾਤਾਂ ਨੂੰ ਅਸੀਂ ਨੋਰਮਲ ਕਰੀਏ। ਦੇਖੋ, ਇਹ ਤਾਂ ਕੋਸ਼ਿਸ਼ ਹੈ ਹੀ ਆ। ਤੁਸੀਂ ਇਹ ਗੱਲ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਕਹਿ ਚੁੱਕੇ ਹੋ, ਉੱਥੇ ਵੀ ਤੁਹਾਨੂੰ ਝਾੜ ਪਈ ਆ ਕਿ ਤੁਸੀਂ ਐਡਮਿਨਿਸਟ੍ਰੇਸ਼ਨ ਫੇਲ ਹੋ ਗਈ ਹੈ ਉੱਥੇ, ਪਰ ਇੱਥੇ ਤੁਸੀਂ ਸਦਨ ਨੂੰ, ਲੋਕਾਂ ਨੂੰ, ਪੂਰੇ ਭਾਰਤ ਦੇ ਲੋਕ ਤੁਹਾਨੂੰ ਦੇਖ ਰਹੇ ਸੀ, ਤੁਸੀਂ ਇੱਕ ਤਰ੍ਹਾਂ ਦਾ ਉਹਨਾਂ ਨੂੰ ਭਰੋਸਾ ਜਿਤਾ ਸਕਦੇ ਸੀ, ਤੁਸੀਂ ਕਹਿ ਸਕਦੇ ਸੀ। ਹਾਲਾਂਕਿ 2-4 ਗੱਲਾਂ ਉਹਨਾਂ ਨੇ ਕਹੀਆਂ, ਪਰ ਜਿਸ ਤਰ੍ਹਾਂ ਕਹਿਣਾ ਚਾਹੀਦਾ ਸੀ ਸ਼ੁਰੂ ਦੇ ਵਿੱਚ, ਜੇਕਰ ਉਹ ਲੈ ਕੇ ਆਉਂਦੇ ਤਾਂ ਹੋ ਸਕਦਾ ਉਹਨਾਂ ਦੇ ਭਾਸ਼ਣ ਦਾ ਇੰਪੈਕਟ ਹੀ ਡਿਫਰੈਂਟ ਹੁੰਦਾ। ਇਸ ਦੌਰਾਨ ਸਦਨ ਦੇ ਵਿੱਚੋਂ ਵਾਕਆਊਟ ਕਰ ਜਾਂਦੇ ਨੇ, ਤੇ ਜਿਹੜੇ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਦੇ ਵਿੱਚ, ਉਹ ਅਪੋਜੀਸ਼ਨ ਦੇ ਲੀਡਰ ਨੇ, ਉਹਨਾਂ ਨੂੰ ਵੀ ਕੱਢ ਦਿੱਤਾ ਗਿਆ, ਉਹਨਾਂ ਨੂੰ ਬਲਕਿ ਸਸਪੈਂਡ ਕਰ ਦਿੱਤਾ ਗਿਆ, ਕਿਉਂਕਿ ਸਦਨ ਨੂੰ ਲੱਗਾ ਜਾਂ ਲੋਕ ਸਭਾ ਦੇ ਸਪੀਕਰ ਨੂੰ ਲੱਗਾ ਕਿ ਉਹਨਾਂ ਦਾ ਬਿਹੇਵੀਅਰ ਠੀਕ ਨਹੀਂ ਆ। ਇੱਕ ਬੀਜੇਪੀ ਦੇ MP ਨੇ ਵੀ ਇਸੇ ਤਰ੍ਹਾਂ ਕੀਤਾ, ਪਰ ਉਹਨੇ ਨਾਲ ਦੀ ਨਾਲ ਮਾਫੀ ਮੰਗ ਲਈ ਤੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਕਿਉਂਕਿ ਇਹਨਾਂ ਨੇ ਕਿਤੇ ਨਾ ਕਿਤੇ ਨਰਿੰਦਰ ਮੋਦੀ ਦੀ ਤੁਲਨਾ ਨਰਮ ਮੋਦੀ ਨਾਲ ਕੀਤੀ ਸੀ ਜਾਂ ਧ੍ਰਿਤਰਾਸ਼ਟਰ ਨਾਲ ਕੀਤੀ ਸੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਕੱਲ ਸਦਨ ਦੇ ਵਿੱਚ ਨਜ਼ਰ ਆਈਆਂ। ਅੱਜ ਅਖੀਰਲਾ ਦਿਨ ਆ, ਅੱਜ 11 ਅਗਸਤ ਆ ਭਾਰਤ ਦੇ ਸਮੇਂ ਦੇ ਅਨੁਸਾਰ, ਤੇ ਅੱਜ ਖਤਮ ਵੀ ਹੋ ਜਾਣਾ। ਪਰ ਇਸ ਦੌਰਾਨ ਜੋ ਕੁਛ ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਸੈਸ਼ਨ ਦੇ ਵਿੱਚ ਹੋਇਆ, ਉਹ ਵਾਕਿਆ ਹੀ ਕੋਈ ਵਧੀਆ ਦ੍ਰਿਸ਼ ਜਾਂ ਵਧੀਆ ਪਿਕਚਰ ਲੋਕਾਂ ਤੱਕ ਇਸ ਸਦਨ ਦੀ ਜਾਂ ਇਸ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਨਹੀਂ ਗਈ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਇਲੈਕਸ਼ਨ ਕਮਿਸ਼ਨਰਸ ਦੀ ਨਿਯੁਕਤੀ ਦੇ ਸੰਬੰਧ ਵਿੱਚ ਕੇਂਦਰੀ ਸਰਕਾਰ ਵੱਲੋਂ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ, ਪਰ ਇਹਦੇ ਵਿੱਚੋਂ ਚੀਫ ਜਸਟਿਸ ਆਫ ਇੰਡੀਆ ਦਾ ਨਾਮ ਕੱਢ ਦਿੱਤਾ ਗਿਆ। ਜੀ, ਤੁਸੀਂ ਲਗਾਤਾਰ ਦੇਖੋ, ਜਿਹੜੀ ਵੀ ਗੱਲ ਚਾਹੇ ਸੁਪਰੀਮ ਕੋਰਟ, ਭਾਰਤ ਦੀ ਇਹ ਸਿਖਰਲੀ ਅਦਾਲਤ ਆ, ਐਪੈਕਸ ਕੋਰਟ ਇਸੇ ਕਰਕੇ ਕਹਿੰਦੇ ਆ ਇਹਨੂੰ, ਇਹ ਜਦੋਂ ਵੀ ਪਿਛਲੇ ਦਿਨਾਂ ਦੇ ਵਿੱਚ ਫੈਸਲੇ ਆਉਂਦੇ ਨੇ ਤੇ ਕੇਂਦਰ ਸਰਕਾਰ ਨੂੰ ਲੱਗਦਾ ਕਿ ਸਾਡੇ ਕੋਈ ਹੱਕ 'ਚ ਨਹੀਂ ਆਏ, ਉਸ ਨੂੰ ਪਲਟ ਦਿੰਦੇ ਨੇ। ਤੁਸੀਂ ਦਿੱਲੀ ਦੀਆਂ ਸਰਵਿਸਿਜ਼ ਵਾਲਾ ਬਿੱਲ ਲੈ ਲਓ, ਪਹਿਲਾਂ ਆਰਡੀਨੈਂਸ ਲੈ ਕੇ ਆਉਂਦਾ, ਫਿਰ ਬਿੱਲ ਲੈ ਕੇ ਆਉਂਦਾ, ਤੇ ਦਿੱਲੀ ਸਰਕਾਰ ਦੀਆਂ, ਚੁਣੀ ਹੋਈ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਖੋਲੀਆਂ। ਕਿਹਾ ਗਿਆ ਕਿ ਦਿੱਲੀ ਸਰਕਾਰ ਨੂੰ ਆਪਣੀ ਸ਼ਕਤੀਆਂ ਦੀ ਵਰਤੋਂ ਨਹੀਂ ਆਉਂਦੀ, ਮਤਲਬ ਇਹ ਆ ਕਿ ਜਿੱਧਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿੱਲੀ 'ਚ ਬਣੂਗੀ, ਉਦੋਂ ਇਹ ਸ਼ਕਤੀਆਂ ਵਾਪਸ ਕਰਨਗੇ। ਇਸੇ ਤਰ੍ਹਾਂ ਤੁਸੀਂ ਦੇਖੋ, ਮਾਰਚ ਦੇ ਮਹੀਨੇ ਦੇ ਵਿੱਚ ਇਲੈਕਸ਼ਨ ਕਮਿਸ਼ਨ, ਇੰਡੀਆ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਆ, ਉਹ ਪੂਰੇ ਭਾਰਤ ਦੇ ਵਿੱਚ ਚੋਣ ਕਰਾਉਂਦਾ। ਸਾਰੀਆਂ ਜਿੰਨੀਆਂ ਚੋਣਾਂ ਹੁੰਦੀਆਂ ਨੇ ਫੈਡਰਲ ਚੋਣਾਂ ਹੁੰਦੀਆਂ ਨੇ, ਉਸ ਲਈ ਉਹ ਜ਼ਿੰਮੇਵਾਰ ਆ। ਸਟੇਟ ਚੋਣਾਂ ਹੁੰਦੀਆਂ ਨੇ, ਸੂਬਿਆਂ ਦੀਆਂ ਚੋਣਾਂ ਹੁੰਦੀਆਂ ਨੇ,
ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਵਾਲ ਖੜੇ ਹੋਏ ਔਰ ਭਾਰਤ ਦੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਜਿਹੜਾ ਪੈਨਲ ਬਣੂਗਾ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਹੋਣਗੇ ਆਪੋਜੀਸ਼ਨ ਦੇ ਲੀਡਰ ਹੋਣਗੇ ਪਰ ਨਾਲ ਦੇ ਨਾਲ ਉਹਦੇ ਵਿੱਚ ਭਾਰਤ ਦੇ ਚੀਫ ਜਸਟਿਸ ਹੋਣਗੇ ਉਹ ਅੱਜ ਤੋਂ ਬਾਅਦ ਚੋਣ ਕਰਨਗੇ ਕਿ ਜਿਹੜਾ ਇਲੈਕਸ਼ਨ ਕਮਿਸ਼ਨਰ ਜਾਂ ਚੀਫ ਇਲੈਕਸ਼ਨ ਕਮਿਸ਼ਨਰ ਉਹ ਕੌਣ ਹੋਏਗਾ ਇਹ ਜੀ ਇਹ ਜਿਹੜੀ ਗੱਲ ਆ ਉਹ ਭਾਰਤ ਸਰਕਾਰ ਨੂੰ ਪਸੰਦ ਨਹੀਂ ਆਈ ਕਿਉਂਕਿ ਚੋਣਾਂ ਆਉਣ ਵਾਲੀਆਂ ਇਸੇ ਕਰਕੇ ਕੱਲ ਉਹਨਾਂ ਨੇ ਇੱਕ ਬਿੱਲ ਲੈ ਕੇ ਆਂਦਾ ਔਰ ਉਸ ਬਿੱਲ ਦੇ ਵਿੱਚ ਇੱਕ ਤਾਂ ਚੀਫ ਜਸਟਿਸ ਦਾ ਨਾਂ ਕੱਢਤਾ ਕਹਿੰਦੇ ਚੀਫ ਜਸਟਿਸ ਇਸ ਪੈਨਲ ਦਾ ਮੈਂਬਰ ਨਹੀਂ ਹੋਊਗਾ ਚਲੋ ਆਪੋਜੀਸ਼ਨ ਦਾ ਲੀਡਰ ਹੋਏਗਾ ਪ੍ਰਧਾਨ ਮੰਤਰੀ ਹੋਣਗੇ ਔਰ ਪ੍ਰਧਾਨ ਮੰਤਰੀ ਵੱਲੋਂ ਨੋਮੀਨੇਟ ਕੀਤੇ ਗਏ ਹੋਏ ਕੇਂਦਰੀ ਮੰਤਰੀ ਹੋਣਗੇ ਹੁਣ ਤੁਸੀਂ ਬਸੋ ਜੀ ਆਪ ਦੱਸੋ ਜਿਹੜੇ ਕੇਂਦਰ ਮੰਤਰੀ ਹੋਣਗੇ ਕੇਂਦਰੀ ਕੀ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਜਾ ਸਕਦੇ ਆ ਚਲੋ ਇੱਕ ਵੋਟ ਤਾਂ ਆਪੋਜੀਸ਼ਨ ਦੇ ਲੀਡਰ ਦੀ ਹੋ ਸਕਦੀ ਆ ਬਾਕੀ ਵੋਟਾਂ ਤਾਂ ਉਹਨਾਂ ਦੇ ਨਾਲ ਹੀ ਆ ਸੋ ਕਿਸ ਤਰ੍ਹਾਂ ਇਸ ਡੈਮੋਕ੍ਰੇਸੀ ਨੂੰ ਇਸ ਇੱਕ ਇੰਡੀਪੈਂਡੈਂਟ ਸੰਸਥਾ ਨੂੰ ਡਿਮੀਨ ਕੀਤਾ ਜਾ ਰਿਹਾ ਉਹਨੂੰ ਸੀਮਿਤ ਕੀਤਾ ਜਾ ਰਿਹਾ ਉਹਦੀਆਂ ਸ਼ਕਤੀਆਂ ਇੱਕ ਤਰ੍ਹਾਂ ਚੋਣ ਦੀਆਂ ਜਾਂ ਉਹਨਾਂ ਦੀ ਅਪਾਇੰਟਮੈਂਟ ਦੀਆਂ ਖੋਹੀਆਂ ਜਾ ਰਹੀਆਂ ਨੇ ਇਹ ਉਸਦੀ ਤੁਸੀਂ ਇੱਕ ਉਦਾਹਰਣ ਦੇਖ ਸਕਦੇ ਹੋ ਜੀ ਵਾਸੂ ਜੀ ਮੰਤਰੀ ਜੀ ਹੁਣ ਮਣੀਪੁਰ ਦੇ ਵਿੱਚ ਅਸਮ ਰਾਈਫਲਸ ਨੂੰ ਤਾਇਨਾਤ ਕੀਤਾ ਗਿਆ ਮਣੀਪੁਰ ਦੇ ਕੁਝ MLA ਕੇਂਦਰੀ ਸਰਕਾਰ ਨੂੰ ਇਹ ਸਿਫਾਰਿਸ਼ ਕਰ ਰਹੇ ਨੇ ਕਿ ਇਹਨਾਂ ਦੀ ਤਾਇਨਾਤੀ ਜਾਰੀ ਰੱਖੀ ਜਾਏ ਪਰ ਕੁਝ MLAs ਵੱਲੋਂ ਹੁਣ ਇਹ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ ਬਿਲਕੁਲ ਤੁਸੀਂ ਦੇਖੋ ਇਹ ਜਿਹੜੀਆਂ ਡਿਵੀਜ਼ਨਸ ਨੇ ਵਾਸੂ ਜੀ ਇਹ ਬੜੀਆਂ ਕਲੀਅਰ ਨਜ਼ਰ ਆ ਰਹੀਆਂ ਨੇ ਉੱਥੋਂ ਦੇ ਸਮਾਜ ਦੇ ਵਿੱਚ ਉੱਥੋਂ ਦੀ ਸੋਸਾਇਟੀ ਦੇ ਵਿੱਚ ਦੇਖੋ ਜਿਹੜੀ ਅਸਮ ਰਾਈਫਲਸ ਆ ਇਹ ਇੱਕ ਪੈਰਾਮਿਲਟਰੀ ਫੋਰਸ ਆ ਜਿਸ ਤਰ੍ਹਾਂ ਕਿ CRPF ਹੁੰਦੀ ਆ ITGP ਹੁੰਦੀ ਆ ਜਾਂ BSF ਕਹਿ ਲਓ ਔਰ ਇਸ ਨੂੰ ਤੈਨਾਤ ਉੱਥੇ ਕੀਤਾ ਜਾਂਦਾ ਕੌਨਫਲਿਕਟ ਜ਼ੋਨਸ ਦੇ ਵਿੱਚ ਜਦੋਂ ਕਿਤੇ ਕਿਸੇ ਤਰ੍ਹਾਂ ਦੀ ਕੋਈ ਆਫਤ ਆ ਜਾਏ ਜਾਂ ਉੱਥੇ ਲੱਗੇ ਕਿ ਜਿਹੜਾ ਲੋਕਲ ਆ ਜਾਂ ਭਾਈਚਾਰੇ ਦੇ ਵਿੱਚ ਕੋਈ ਕਾਮਨ ਇੰਟੈਂਸ਼ਨ ਹੋ ਜਾਏ ਉਸ ਨੂੰ ਕੰਟਰੋਲ ਕਰਨ ਲਈ ਔਰ ਇਸ ਦਾ ਜਿਹੜਾ ਸਾਰਾ ਕੰਟਰੋਲ ਆ ਉਹ ਕਿਤੇ ਨਾ ਕਿਤੇ ਇੰਡੀਅਨ ਆਰਮੀ ਵੀ ਦੇਖਦੀ ਆ ਹੁਣ ਕੀ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਅਸਮ ਰਾਈਫਲ ਆ ਚਲੋ ਇਹਨਾਂ ਨੇ ਤਾਂ ਆਪਣਾ ਕੰਮ ਕਰਨਾ ਇਹਨਾਂ ਦੇ ਉੱਤੇ ਇੱਕ ਉੱਥੋਂ ਦੀ ਜਿਹੜੀ ਮਣੀਪੁਰ ਦੀ ਪੁਲਿਸ ਸੀ ਉਹਨਾਂ ਨੇ ਇਹਨਾਂ ਤੇ ਇੱਕ FIR ਦਰਜ ਕਰਤੀ ਕਿ ਤੁਸੀਂ ਕੁਝ ਬੰਦਿਆਂ ਨੂੰ ਚੰਗੀ ਤਰ੍ਹਾਂ ਕੰਟਰੋਲ ਨਹੀਂ ਕਰ ਰਹੇ ਉਹ ਜਿਹੜੀ ਕੰਫਲਿਕਟ ਆ ਉਹ ਨਜ਼ਰ ਆ ਰਿਹਾ ਹੁਣ 10 MLA ਨੇ ਭਾਰਤ ਸਰਕਾਰ ਨੂੰ ਲਿਖਿਆ ਕਿ ਇਹਨਾਂ ਨੂੰ ਬਣਾਈ ਰੱਖੋ ਇੱਥੇ ਪਰ ਦੂਸਰੇ ਪਾਸੇ ਜਿਹੜੇ ਬਹੁਗਿਣਤੀ ਦੇ ਜਾਂ ਜਿਹੜੇ ਬਹੁਮਤ ਵਾਲੇ ਭਾਈਚਾਰੇ ਆ ਜਿਵੇਂ ਮਾਈਟੀ ਕਮਿਊਨਿਟੀ ਆ ਉੱਥੇ ਉਹਨਾਂ ਨੇ ਹੁਣ ਲਿਖਤਾ ਉਹਨਾਂ ਦੇ MLAs ਨੇ ਕਿ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ ਯਾਨੀ ਕਿ ਇੱਕ ਕੇਂਦਰੀ ਬਲ ਤੇ ਜਾਂ ਜਿਹੜੀ ਇੱਕ ਪੁਲਿਸ ਆ ਜਾਂ ਫੋਰਸ ਆ ਜਾਂ ਹਿੱਸਾ ਇੱਕ ਮਿਲਟਰੀ ਫੋਰਸ ਦਾ ਜਾਂ ਜਿਹਨੂੰ ਪੈਰਾਮਿਲਟਰੀ ਫੋਰਸ ਕਹਿੰਦੇ ਆ ਉਸ ਉੱਤੇ ਵੀ ਇੱਕ ਤਰ੍ਹਾਂ ਦੀ ਸਿਆਸਤ ਹੋਣੀ ਸ਼ੁਰੂ ਹੋ ਗਈ ਆ ਸੋ ਇਸੇ ਕਰਕੇ ਰਾਹੁਲ ਗਾਂਧੀ ਵੀ ਪਾਰਲੀਮੈਂਟ ਦੇ ਵਿੱਚ ਕਹਿ ਰਹੇ ਸੀ ਕਿ ਘੱਟੋ ਘੱਟ ਜੇ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਫੌਜ ਤੈਨਾਤ ਕਰ ਦਿੰਦੇ ਮੁੱਢਲੇ ਦੌਰ ਦੇ ਵਿੱਚ ਵੀ ਤੇ ਇਹ ਹਿੰਸਾ ਇੱਥੋਂ ਤੱਕ ਨਹੀਂ ਸੀ ਫੈਲਣੀ ਜੀ ਵਾਸੂ ਜੀ ਤੇ ਮਨਪ੍ਰੀਤ ਜੀ ਜਦੋਂ ਹੁਣ ਇਹ ਪਾਰਲੀਮੈਂਟ ਵਾਲਾ ਸੈਸ਼ਨ ਚੱਲ ਰਿਹਾ ਸੀ ਜਦੋਂ ਇਹ ਨੋ ਕੌਨਫੀਡੈਂਸ ਮੋਸ਼ਨ ਤੇ ਰਾਹੁਲ ਗਾਂਧੀ ਆਪਣਾ ਭਾਸ਼ਣ ਦੇ ਰਹੇ ਸੀ ਉਦੋਂ ਇਹ ਦੋਸ਼ ਲੱਗੇ ਵੀ ਉਹਨਾਂ ਨੇ ਕਥਿਤ ਤੌਰ ਤੇ ਕੋਈ ਫਲਾਇੰਗ ਕਿਸ ਦਿੱਤੀ ਹੈ ਪਾਰਲੀਮੈਂਟ ਦੇ ਵਿੱਚ ਜੋ ਕਿ ਅਨਪਾਰਲੀਮੈਂਟਰੀ ਹੈ ਉਸ ਤੋਂ ਬਾਅਦ ਸਮ੍ਰਿਤੀ ਇਰਾਨੀ ਜਿਹੜੇ ਕਿ BJP ਦੇ ਲੀਡਰ ਨੇ ਉਹਨਾਂ ਨੇ ਬੜਾ ਉਹ ਕਾਫੀ ਆਲੋਚਨਾ ਕੀਤੀ ਸੀ ਰਾਹੁਲ ਗਾਂਧੀ ਦੀ ਕਿ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਫਲਾਇੰਗ ਕਿਸ ਦੇ ਦਿੱਤੀ ਤੇ ਹੁਣ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਮਹੁਆ ਮੋਇਤਰਾ ਨੇ ਉਹਨਾਂ ਨੇ ਸਮ੍ਰਿਤੀ ਇਰਾਨੀ ਨੂੰ ਘੇਰਿਆ ਉਹ ਕਹਿੰਦੇ ਵੀ ਤੁਸੀਂ ਫਲਾਇੰਗ ਕਿਸ ਦੇ ਉੱਤੇ ਫੋਕਸ ਕਰੀ ਜਾਂਦੇ ਹੋ ਅਸਲ ਮੁੱਦਿਆਂ ਦੀ ਗੱਲ ਕਰੋ ਬਿਲਕੁਲ ਆ ਜਿਹੜੀ ਤੁਸੀਂ ਅਖੀਰਲੀ ਲਾਈਨ ਬੋਲੀ ਹੈ ਵਾਸੂ ਜੀ ਇਹੀ ਸਾਰਾ ਮੂਲ ਮੁੱਦਾ ਕਿਉਂਕਿ ਚੀਜ਼ਾਂ ਨੂੰ ਜਾਂ ਮੁੱਦਿਆਂ ਨੂੰ ਡਿਫਲੈਕਟ ਕਰਨ ਲਈ ਜਾਂ ਉਹਨਾਂ ਤੋਂ ਧਿਆਨ ਭਟਕਾਉਣ ਲਈ ਇਹ ਸਾਰਾ ਕੁਝ ਕੀਤਾ ਗਿਆ ਬਾਅਦ ਦੇ ਵਿੱਚ ਮੈਂ ਤੁਹਾਨੂੰ ਸ਼ਾਇਦ ਬੀਤੇ ਕੱਲ ਵੀ ਗੱਲ ਦੱਸੀ ਸੀ ਕਿ ਜਿਹੜੇ BJP ਦੇ ਆਪਣੇ MP ਆ ਕਿੰਨਾ ਮਾਲਨੀ ਜਿਹੜੇ ਕਿ ਫਿਲਮ ਐਕਟਰਸ ਵੀ ਰਹੇ ਨੇ ਉਹਨਾਂ ਨੂੰ ਬਲਕਿ ਬਾਹਰ ਆ ਕੇ ਜਦੋਂ ਰਿਪੋਰਟਰਸ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਤਾਂ ਇਸ ਤਰ੍ਹਾਂ ਦਾ ਕੁਝ ਦੇਖਿਆ ਨਹੀਂ ਬਾਅਦ ਦੇ ਵਿੱਚ ਇਹ ਕੁਝ ਨਜ਼ਰ ਵੀ ਨਹੀਂ ਆਇਆ ਤੁਹਾਡੀ ਸਮ੍ਰਿਤੀ ਇਰਾਨੀ ਤੁਸੀਂ ਦੇਖੋ ਇਹ ਮੰਤਰੀ ਨੇ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਦੇ ਇਹਨਾਂ ਨੂੰ ਔਰਤਾਂ ਦੇ ਮੁੱਦਿਆਂ ਤੇ ਫੋਕਸ ਕਰਨਾ ਚਾਹੀਦਾ ਸੀ ਉਹਨਾਂ ਨੂੰ ਤਰਜੀਹ ਦੇਣੀ ਚਾਹੀਦੀ ਸੀ ਇਹੀ ਗੱਲ ਮਹੁਆ ਮੋਇਤਰਾ ਨੇ ਕਹੀ ਆ ਤ੍ਰਿਣਮੂਲ ਕਾਂਗਰਸ ਦੇ ਇਹ MP ਨੇ ਤੇ ਤੁਸੀਂ ਕਹਿੰਦੇ ਇੱਕ ਛੋਟੀ ਜਿਹੀ ਗੱਲ ਲੈ ਕੇ ਜਿਹੜੀ ਤੁਹਾਡੇ ਵੱਲ ਤੁਸੀਂ ਨਜ਼ਰ ਅੰਦਾਜ਼ ਕੀਤਾ ਬਲਕਿ ਤੁਸੀਂ ਦੇਖਿਆ ਵੀ ਨਹੀਂ ਔਰ ਉਹ ਗੱਲ ਜੇ ਕੀਤੀ ਵੀ ਆ ਉਹਨਾਂ ਨੇ ਜੋ ਫਲਾਇੰਗ ਕੇਸ ਉਹ ਸਪੀਕਰ ਵੱਲ ਜਾਂ ਸਦਨ ਵੱਲ ਕੀਤਾ ਤੇ ਤੁਸੀਂ ਉਸ ਨੂੰ ਮੁੱਦਾ ਬਣਾ ਕੇ ਜਿੱਥੇ ਉੱਥੇ ਮਣੀਪੁਰ ਦੀਆਂ ਔਰਤਾਂ ਦੇ ਨਾਲ ਉਹਨਾਂ ਦੇ ਮਰਡਰ ਹੋ ਰਹੇ ਨੇ ਰੇਪ ਹੋ ਰਹੇ ਨੇ ਉਹਨਾਂ ਨੂੰ ਨਿਰਵਸਤਰ ਕੀਤਾ ਜਾ ਰਿਹਾ ਤਮਾਮ ਤਰ੍ਹਾਂ ਦੇ ਅਤਿਆਚਾਰ ਹੋ ਰਹੇ ਨੇ ਉਹ ਤੁਹਾਨੂੰ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਇੱਥੇ ਇੱਕ ਰਾਹੁਲ ਗਾਂਧੀ ਦੀ ਕੋਈ ਵੀ ਚੀਜ਼ ਜਿਹੜੀ ਕਿਤੇ ਹੋਈ ਵੀ ਨਹੀਂ ਉਹਨੂੰ ਤੁਸੀਂ ਮੁੱਦਾ ਬਣਾ ਰਹੇ ਹੋ ਤਾਂ ਇੱਥੋਂ ਪਤਾ ਲੱਗਦਾ ਕਿ ਤੁਹਾਡੀ ਤਰਜੀਹ ਕੀ ਹੈ ਤੁਹਾਡੀ ਪ੍ਰਾਇਰਟੀ ਕੀ ਹੈ ਜੀ ਵਾਸੂ ਜੀ
ਅਤੇ ਮਨਪ੍ਰੀਤ ਜੀ, ਜਿਹੜੇ ਡੀ ਡੀ ਪੀ ਓ ਨੇ ਆਪਣੀ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਪੰਚਾਇਤ ਦੀ 100 ਏਕੜ ਜ਼ਮੀਨ ਪ੍ਰਾਈਵੇਟ ਟ੍ਰਾਂਸਫਰ ਕਰ ਦਿੱਤੀ ਸੀ, ਹੁਣ ਉਹਨਾਂ ਦੇ ਖਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਜੀ। ਬਿਲਕੁਲ ਕਰ ਲਿਆ ਗਿਆ। ਕੁਲਦੀਪ ਸਿੰਘ ਨਾਮ ਦੇ ਇਹ ਡੀ ਡੀ ਪੀ ਓ ਸੀ। 4 ਕੁ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੂੰ ਡੀ ਡੀ ਪੀ ਓ ਤੋਂ ਡੀ ਡੀ ਪੀ ਓ ਬਣਾ ਦਿੱਤਾ, ਏ ਡੀ ਸੀ ਦਾ ਚਾਰਜ ਦਿੱਤਾ, 100 ਏਕੜ ਜ਼ਮੀਨ ਟ੍ਰਾਂਸਫਰ ਕਰਤੀ। ਹੁਣ ਇਹਨਾਂ ਤੇ ਵੀ ਮਾਮਲਾ ਦਰਜ ਹੋ ਗਿਆ। ਤੇ ਇਸ ਤੋਂ ਇਲਾਵਾ ਜਿਹੜੇ ਬੈਨੀਫਿਸ਼ਰੀ ਸੀ ਜਿਨ੍ਹਾਂ ਦੇ ਨਾਂ ਤੇ ਇਹ ਜ਼ਮੀਨ ਟ੍ਰਾਂਸਫਰ ਕੀਤੀ ਗਈ, ਔਰ ਖਾਸ ਤੌਰ ਤੇ ਕਿਉਂਕਿ ਇਹ ਜ਼ਮੀਨ ਦਾ ਮੈਂ ਤੁਹਾਨੂੰ ਮਹੱਤਵ ਦੱਸਿਆ ਸੀ ਕਿ ਉੱਥੇ ਮਾਈਨਿੰਗ ਹੋ ਸਕਦੀ ਹੈ, ਉੱਥੇ ਰੇਤਾ ਬਜਰੀ ਕਾਫੀ ਵੱਡੀ ਤਾਦਾਦ ਦੇ ਵਿੱਚ ਆ, ਇਹ ਇਸ ਪਿੱਛੇ ਇੰਟਰਸਟ ਸੀ। ਉਹਨਾਂ ਤੇ ਵੀ ਬੈਨੀਫਿਸ਼ਰੀ ਤੇ ਵੀ ਕੇਸ ਦਰਜ ਹੋ ਗਿਆ, ਬਲਕਿ ਉਹਨਾਂ ਦੇ ਵਿੱਚੋਂ 2 ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ, ਕੀ ਕੁਝ ਵੱਡੇ ਅਫਸਰਾਂ ਤੇ, ਕੀ ਕੁਝ ਮੰਤਰੀਆਂ ਤੇ ਜਿਨ੍ਹਾਂ ਨੇ ਇਸ ਵਿੱਚ ਡੀਓ ਲਿਖੇ ਸੀ, ਕੀ ਉਹਨਾਂ ਤੇ ਵੀ ਕੋਈ ਕਾਰਵਾਈ ਹੋਏਗੀ? ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਅਜੀਤ ਅਖਬਾਰ ਦੇ ਮੈਨੇਜਿੰਗ ਐਡੀਟਰ ਬਰਜਿੰਦਰ ਸਿੰਘ ਹਮਦਰਦ, ਹੁਣ ਇਹਨਾਂ ਨੂੰ ਸਮਨ ਕੀਤਾ ਗਿਆ ਪੰਜਾਬ ਵਿਜੀਲੈਂਸ ਵੱਲੋਂ? ਬਿਲਕੁਲ, ਮੈਨੇਜਿੰਗ ਐਡੀਟਰ ਨੇ ਇਹ ਅਜੀਤ ਗਰੁੱਪ ਆਫ ਨਿਊਜ਼ਪੇਪਰਸ ਦੇ ਬਰਜਿੰਦਰ ਸਿੰਘ ਹਮਦਰਦ, ਜੰਗੇ ਆਜ਼ਾਦੀ ਜਿਹੜਾ ਉਹ ਮੈਮੋਰੀਅਲ ਆ ਕਰਤਾਰਪੁਰ ਜਲੰਧਰ ਦੇ ਨੇੜੇ, ਜਿਸ ਦੌਰਾਨ ਉਹ ਬਣ ਰਿਹਾ ਸੀ ਜਾਂ ਉਹਦੀ ਉਸਾਰੀ ਹੋ ਰਹੀ ਸੀ, ਉਸ ਦੇ ਕਰਤਾ ਧਰਤਾ ਬਰਜਿੰਦਰ ਸਿੰਘ ਹਮਦਰਦ ਸੀ। ਹੁਣ ਇਕੱਲੇ ਬਰਜਿੰਦਰ ਸਿੰਘ ਹਮਦਰਦ ਨੂੰ ਲਾਇਆ ਇੱਕ IAS ਆਫਿਸਰ ਨੇ, ਵਿਜੇ ਬੁਬਲਾਨੀ, ਇਹਨਾਂ ਨੂੰ ਬੁਲਾਇਆ ਗਿਆ। ਤੇ 6 ਐਕਸੀਅਮ ਜਿਹੜੇ PWD ਜਾਂ B&R ਦੇ ਨੇ, ਐਗਜੈਕਟਿਵ ਇੰਜੀਨੀਅਰ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਨੂੰ ਵੀ ਬੁਲਾਇਆ ਗਿਆ ਕਿ ਤੁਸੀਂ ਆ ਕੇ ਐਕਸਪਲੇਨ ਕਰੋ ਕਿ ਜਿਹੜਾ ਪੈਸਾ ਲੱਗਾ ਉਹ ਕਿਸ ਤਰ੍ਹਾਂ ਲੱਗਾ, ਕੀ ਕੋਲ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਕੋਈ ਆਡਿਟ ਰਿਪੋਰਟ ਆ। ਇਹ ਸਾਰਾ ਕੁਝ ਇਹਨਾਂ ਨੂੰ ਦਸਤਾਵੇਜ਼ ਲੈ ਕੇ ਪਹੁੰਚਣ ਲਈ ਕਿਹਾ ਗਿਆ। ਤੇ ਹੋ ਸਕਦਾ ਕਿ ਅੱਜ ਇਹ ਸਾਰੇ ਬੁਲਾਏ ਤਾਂ ਗਏ ਆ, ਕੌਣ ਕੌਣ ਪੇਸ਼ ਹੁੰਦਾ ਇਹ ਖੈਰ ਸਮਾਂ ਹੀ ਦੱਸੂਗਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ, ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਰਿਪੋਰਟ ਇੱਕ ਪੇਸ਼ ਕੀਤੀ ਗਈ ਹੈ, ਉਹਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਹੜ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ 54 ਵਿਅਕਤੀਆਂ ਨੇ ਆਪਣੀਆਂ ਜਾਨਾਂ ਗਵਾਈਆਂ। ਬਿਲਕੁਲ, ਕਾਫੀ ਵੱਡੀ ਤਾਦਾਦ ਆ, 50 ਤੋਂ ਵੱਧ ਵਿਅਕਤੀ, ਜਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 54 ਵਿਅਕਤੀਆਂ ਦੀ ਜਾਨ ਜਾਣੀ ਫਲੱਡਸ ਦੇ ਵਿੱਚ। ਇੱਥੇ ਇੱਕ ਗੱਲ ਤਾਂ ਪਤਾ ਲੱਗਦੀ ਹੈ ਕਿ ਜੇ ਪਹਿਲਾਂ ਥੋੜੇ ਕੋਈ ਪ੍ਰੀਕਾਸ਼ਨਰੀ ਮੇਜਰਸ ਲਏ ਹੁੰਦੇ ਤਾਂ ਸ਼ਾਇਦ ਹੋ ਸਕਦਾ ਸੀ ਜਿਹੜਾ ਜਾਨੀ ਨੁਕਸਾਨ ਆ ਜਾਂ ਮਾਲੀ ਨੁਕਸਾਨ ਘੱਟ ਹੁੰਦਾ। ਇਸ ਤੋਂ ਇਲਾਵਾ ਬੀਤੇ ਦਿਨਾਂ ਦੇ ਵਿੱਚ ਜੋ ਕੁਛ ਹੋਇਆ, ਇਹ ਵੀ ਪਤਾ ਲੱਗਾ ਕਿ 6,25,000 ਏਕੜ ਦੇ ਕਰੀਬ ਜਿਹੜੀ ਖੇਤੀ ਦੀ ਲੈਂਡ ਆ, ਜ਼ਮੀਨ ਆ, ਐਗਰੀਕਲਚਰ ਲੈਂਡ ਜਿਹਨੂੰ ਕਹਿੰਦੇ ਆ, ਉਹ ਵੀ ਇਹਨਾਂ ਹੜ੍ਹਾਂ ਕਰਕੇ ਨੁਕਸਾਨੀ ਗਈ ਹੈ। 1,500 ਵੱਧ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜਾ ਹੜ੍ਹਾਂ ਨਾਲ ਉਹ ਪ੍ਰਭਾਵਿਤ ਹੋਏ ਨੇ। 27,000 ਤੋਂ ਵੀ ਵੱਧ ਜਿਹੜੇ ਪਸ਼ੂ ਨੇ ਜਾਂ ਜਿਹੜੇ ਕੈਟਲ ਨੇ, ਚਾਹੇ ਮੱਝਾਂ ਨੇ, ਗਾਵਾਂ ਨੇ ਜਾਂ ਹੋਰ ਲੋਕਾਂ ਨੇ ਡੋਮੈਸਟਿਕ ਉਹ ਰੱਖੇ ਹੋਏ ਨੇ ਕੈਟਲ, ਹੁਣ ਉਹਨਾਂ ਦੀ ਮੌਤ ਹੋ ਗਈ ਹੈ, ਇਹ ਗੱਲ ਵੀ ਸਾਹਮਣੇ ਆਈ ਆ। ਇਸੇ ਤਰ੍ਹਾਂ ਕਈ 500 ਤੋਂ ਵੱਧ ਜਿਹੜੇ ਘਰ ਆ ਉਹਨਾਂ ਦਾ ਨੁਕਸਾਨ ਹੋਇਆ, ਪਾਰਸ਼ੀਅਲ ਜਿਹੜੇ ਥੋੜਾ ਬਹੁਤਾ ਨੁਕਸਾਨ ਹੋਇਆ ਉਹ 2,000 ਤੋਂ ਵੀ ਵੱਧ ਆ। ਇਹ ਤਮਾਮ ਅੰਕੜੇ ਪੇਸ਼ ਕੀਤੇ ਗਏ ਆ ਪੰਜਾਬ ਸਰਕਾਰ ਵੱਲੋਂ। ਪਿਛਲੇ ਦਿਨਾਂ ਦੇ ਵਿੱਚ ਸੈਂਟਰ ਦੀ ਇੱਕ ਟੀਮ ਵੀ ਆਈ ਹੋਈ ਸੀ, ਔਰ ਪੰਜਾਬ ਸਰਕਾਰ ਕੇਂਦਰ ਤੋਂ ਡਬਲ ਮੁਆਵਜ਼ਾ ਮੰਗ ਰਹੀ ਹੈ। ਵੈਸੇ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪਣੀ ਮੁਹਿੰਮ ਤੇਜ਼ ਕਰਾਂਗੇ, ਜੇ ਮੁਆਵਜ਼ੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦੇਰੀ ਹੁੰਦੀ ਆ ਜਾਂ ਕੋਈ ਢਿੱਲ ਮੱਠ ਹੁੰਦੀ ਆ ਜਾਂ ਐਡੀਕੁਏਟ ਜਾਂ ਪੂਰੀ ਤਰ੍ਹਾਂ ਸਾਨੂੰ ਨਹੀਂ ਮਿਲਦਾ, ਫਿਰ ਅਸੀਂ ਆਪਣੀ ਐਜੀਟੇਸ਼ਨ ਜਾਂ ਅਸੀਂ ਇੱਕ ਤਰ੍ਹਾਂ ਦਾ ਜਿਹੜੀ ਪ੍ਰੋਟੈਸਟ ਡੈਮੋਸਟ੍ਰੇਸ਼ਨ ਉਹ ਵੀ ਕਰਾਂਗੇ। ਜੀ ਬਸ। ਤੇ ਮਨਪ੍ਰੀਤ ਜੀ, ਬਹੁਤ ਹੀ ਕੁਇਕਲੀ ਗੱਲ ਕਰੀਏ ਕਿ ਪੰਜਾਬ ਦੇ ਹੁਣ 40 ਸਿਵਲ ਹਸਪਤਾਲ ਅਪਗ੍ਰੇਡ ਕੀਤੇ ਜਾਣਗੇ। ਬਿਲਕੁਲ, ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਦਾ ਸਾਰਾ ਜਿਹੜਾ ਫੋਕਸ ਸੀ ਉਹ ਆਮ ਆਦਮੀ ਕਲੀਨਿਕਸ ਤੇ ਸੀ। ਆਮ ਆਦਮੀ ਪਾਰਟੀ ਨੂੰ, ਸਰਕਾਰ ਆ ਉਹਨਾਂ ਨੂੰ ਵੱਧ ਚਿੰਤਾ ਇਸ ਗੱਲ ਦੀ ਕਿ ਸਾਡੀ ਬ੍ਰਾਂਡਿੰਗ ਹੋਵੇ, ਲੋਕਾਂ ਨੂੰ ਲੱਗੇ ਕਿ ਅਸੀਂ ਇੱਥੇ ਆਮ ਆਦਮੀ ਕਲੀਨਿਕਸ ਬਣਾਏ ਨੇ। ਇਸ ਦੌਰਾਨ ਜਿਹੜੇ ਸਿਵਲ ਹਸਪਤਾਲ ਸੀ ਜਾਂ ਜਿਹੜੀਆਂ ਰੂਰਲ ਡਿਸਪੈਂਸਰੀ ਸੀ ਪਿੰਡਾਂ ਦੇ ਵਿੱਚ ਛੋਟੀ ਛੋਟੀਆਂ, ਉਹ ਇਗਨੋਰ ਹੋਈਆਂ ਸੀ ਕਿਉਂਕਿ ਇੱਥੇ ਵੀ ਲੋਕਾਂ ਨੂੰ ਇਲਾਜ ਮਿਲਦਾ ਸੀ। ਪਰ ਹੁਣ ਡਾਕਟਰ ਬਲਬੀਰ ਸਿੰਘ ਜੀ ਦੇ ਹੈਲਥ ਮਿਨਿਸਟਰ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹਨਾਂ ਨੂੰ ਹੁਣ ਮਜ਼ਬੂਤ ਕਰਾਂਗੇ, ਕਿ ਇਹਨਾਂ ਨੂੰ ਕਦੋਂ ਤੱਕ ਮਜ਼ਬੂਤ ਕਰਨਗੇ, ਕਦੋਂ ਤੱਕ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣ ਲੱਗ ਜਾਣਗੀਆਂ ਇਹਨਾਂ ਹਸਪਤਾਲਾਂ ਦੇ ਵਿੱਚ, ਇਹ ਸਮਾਂ ਦੱਸੂਗਾ। ਪਰ ਉਹਨਾਂ ਨੇ ਇਹ ਬਿਆਨ ਜ਼ਰੂਰ ਦਿੱਤਾ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਸਾਰੇ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।